ਨਮਸਕਾਰ ਦੋਸਤੋ ਮੈਂ ਤੁਹਾਡਾ ਦੋਸਤ ਮਨਮੋਹਰ ਤੇ ਪੰਜਾਬ ਦਾ ਐਗਜ਼ਾਮ ਐਂਡ ਪੰਜਾਬ ਸਿੱਖ ਗੁਰੂਆਂ ਬਾਰੇ ਐਗਜ਼ਾਮ ਵਿੱਚ ਕੁਐਸਚਨ ਨਾ ਪੁੱਛੇ ਜਾਣ ਇਹ ਕਦੇ ਹੋ ਨਹੀਂ ਸਕਦਾ ਤਾਂ ਓਬਵੀਅਸ ਪੰਜਾਬ ਦੇ ਹਰ ਐਗਜ਼ਾਮ ਵਿੱਚ ਸਿੱਖ ਧਰਮ ਨਾਲਿਆ ਸਿੱਖ ਗੁਰੂਆਂ ਦੇ ਨਾਲ ਰਿਲੇਟਡ ਕਾਫੀ ਕੁਐਸਚਨ ਆਪਾਂ ਨੂੰ ਐਗਜ਼ਾਮ ਵਿੱਚ ਦੇਖਣ ਨੂੰ ਮਿਲਦੇ ਨੇ ਤਾਂ ਕਰਕੇ ਇਹ ਕੁਝ ਇੰਪੋਰਟੈਂਟ ਕੁਐਸਚਨ ਹੈ ਜਿਹੜੇ ਐਗਜ਼ਾਮ ਵਿੱਚ ਆਉਣ ਦੀ ਪੂਰੀ ਸੰਭਾਵਨਾ ਹੈ ਇਹਨਾਂ ਨੂੰ ਚੰਗੀ ਤਰ੍ਹਾਂ ਰੀਡ ਕਰ ਲਓ ਅਤੇ ਆਪਣੀ ਨੋਟਬੁੱਕ ਉੱਪਰ ਡਾਊਨ ਰਾਈਟ ਡਾਊਨ ਜ਼ਰੂਰ ਕਰ ਲਿਓ ਤਾਂ ਸਭ ਤੋਂ ਪਹਿਲਾ ਕੁਐਸਚਨ ਨੰਬਰ 1 ਦੀ ਗੱਲ ਕਰੀਏ ਸਿੱਖ ਧਰਮ ਦਾ ਖੋਜਕਰਤਾ ਕੌਣ ਸੀ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਿੱਖ ਧਰਮ ਦਾ ਮੁੱਢ ਯਾਨੀ ਖੋਜਕਰਤਾ ਮੰਨਿਆ ਜਾਂਦਾ ਹੈ ਕੁਐਸਚਨ ਨੰਬਰ 2 ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ ਤਾਂ 15 April 1469 ਈਸਵੀ ਵਿੱਚ ਹੋਇਆ ਸੀ ਕੁਐਸਚਨ ਨੰਬਰ 3 ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ ਪਾਈ ਰਾਏ ਪਾਈ ਕੀਰਮੰਡੀ ਨਾਂ ਦਾ ਪਿੰਡ ਅਸਾਈ ਪਾਕਿਸਤਾਨ ਵਿੱਚ ਹੋਇਆ ਸੀ ਕੁਐਸਚਨ ਨੰਬਰ 4 ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਤਾਂ ਮ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ? ਕੁਐਸਚਨ ਨੰਬਰ 5 ਦੀ ਗੱਲ ਕਰੀਏ ਮਹਿਤਾ ਕਾਲੂ ਜੀ ਕਿਸ ਜਾਤ ਨਾਲ ਸੰਬੰਧਿਤ ਸੀ ਤਾਂ ਖੱਤਰੀ ਜਾਤ ਨਾਲ ਸੰਬੰਧਿਤ ਸੀ। ਕੁਐਸਚਨ ਨੰਬਰ 6 ਦੀ ਗੱਲ ਕਰੀਏ ਮਹਿਤਾ ਕਾਲੂ ਜੀ ਦੇ ਜੀ ਕੀ ਕੰਮ ਕਰਦੇ ਸਨ? ਉਹ ਰਾਏ ਬੁੱਲਾਰ ਵਿੱਚ ਇੱਕ ਲੇਖਾਕਾਰ ਸੀ, ਅਕਾਊਂਟੈਂਟ ਸੀ। ਕੁਐਸਚਨ ਨੰਬਰ 7 ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਤਨੀ ਦਾ ਨਾਮ ਕੀ ਸੀ? ਸੁਲੱਖਣੀ ਦੇਵੀ ਸੀ। ਕੁਐਸਚਨ ਨੰਬਰ 8 ਦੀ ਗੱਲ ਕਰੀਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ? ਸ੍ਰੀ ਚੰਦ ਅਤੇ ਲਖਮੀ ਦਾਸ ਦੋ ਪੁੱਤਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਕਵੈਸਚਨ ਨੰਬਰ 9 ਦੀ ਗੱਲ ਕਰੀ ਗੁਰੂ ਨਾਨਕ ਦੇਵ ਜੀ ਦੀ ਭੈਣ ਦਾ ਨਾਮ ਕੀ ਸੀ ਨਾਨਕੀ ਦੇਵੀ ਸੀ ਕਵੈਸਚਨ ਨੰਬਰ 10 ਦੀ ਗੱਲ ਕਰੀ ਕਰਤਾਰਪੁਰ ਸਹਿ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕਿਸ ਦੁਆਰਾ ਕੀਤੀ ਗਈ ਸੀ ਤਾਂ ਗੁਰੂ ਨਾਨਕ ਦੇਵ ਜੀ ਦੁਆਰਾ ਹੀ ਕਰਤਾਰਪੁਰ ਸ਼ਹਿਰ ਦੀ ਸਥਾਪਨਾ ਕੀਤੀ ਸੀ ਕਵੈਸਚਨ ਨੰਬਰ 11 ਦੀ ਗੱਲ ਕਰੀ ਲੰਗਰ ਪ੍ਰਣਾਲੀ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਰਤਪੁਰ ਵਿੱਚ ਲੰਗਰ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ ਕਵੈਸਚਨ ਨੰਬਰ 12 ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਕਿੰਨੀਆਂ ਬਾਣੀਆਂ ਰਚੀਆਂ ਗਈਆਂ ਸਤਾਂ ਨੂੰ ਤਾਂ ਟੋਟਲ 1974 ਬਾਣੀਆਂ ਗੁਰੂ ਨਾਨਕ ਦੇਵ ਜੀ ਦੁਆਰਾ ਰਚੀਆਂ ਗਈਆਂ ਸੀ ਕਵੈਸਚਨ ਨੰਬਰ 13 ਦੀ ਗੱਲ ਕਰੀਏ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦੀ ਕਿੰਨੀ ਬਾਣੀ ਸ਼ਾਮਿਲ ਨੇ ਤਾਂ ਟੋਟਲ ਚਾਰ ਬਾਣੀਆਂ ਸ਼ਾਮਿਲ ਨੇ ਜਪਜੀ ਸਾਹਿਬ ਆਸਾ ਦੀ ਵਾਰ ਸਿੱਧ ਗੋਸਤ ਤੇ ਓਕਾਰ ਇਹ ਚਾਰ ਬਾਣੀਆਂ ਗੁਰੂ ਗ੍ਰੰਥ ਵਿੱਚ ਸ਼ਾਮਿਲ ਨੇ ਕਵੈਸਚਨ ਨੰਬਰ 14 ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਨੇ ਭਾਈ ਲੈਣਾ ਦਾ ਨਾਮ ਬਦਲ ਕੇ ਡੈਸ਼ ਰੱਖਿਆ ਪਰ ਗੁਰੂ ਅੰਗਦ ਦੇਵ ਜੀ ਭਾਈ ਲੈਣਾ ਦਾ ਨਾਮ ਚੇਂਜ ਕਰ ਦਿੱਤਾ ਸੀ ਕੁਐਸਚਨ ਨੰਬਰ 15 ਦੀ ਗੱਲ ਕਰੀਏ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਦਾ ਸਮਾਂ ਕੀ ਸੀ ਤਾਂ 7 ਸਤੰਬਰ 1539 ਅੰਮ੍ਰਿਤ ਵੇੜੇ ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਸੀ ਕੁਐਸਚਨ ਨੰਬਰ 16 ਦੀ ਗੱਲ ਕਰੀਏ ਸਿੱਖ ਧਰਮ ਦਾ ਦੂਜਾ ਗੁਰੂ ਕੌਣ ਸੀ ਤਾਂ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਦੂਜੇ ਗੁਰੂ ਸਨ ਕੁਐਸਚਨ ਨੰਬਰ 17 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੇ ਪਹਿਲਾ ਨਾਮ ਕੀ ਸੀ ਤਾਂ ਭਾਈ ਲੈਣਾ ਜੀ ਗੁਰੂ ਅੰਗਦ ਦੇਵ ਜੀ ਦਾ ਪਹਿਲਾ ਨਾਮ ਸੀ ਕਵੈਸਚਨ ਨੰਬਰ 18 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਦੇ ਜਨਮ ਕਦੋਂ ਹੋਇਆ ਸੀ ਤਾ 31 ਮਾਰਚ 1504 ਮੁਖਸਰ ਸਾਹਿਬ ਵਿੱਚ ਗੁਰੂ ਅੰਗਦ ਦੇਵ ਜੀ ਦਾ ਜਨਮ ਹੋਇਆ ਸੀ ਕਵੈਸਚਨ ਨੰਬਰ 19 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਕੀ ਸੀ ਤਾ ਪਾਈ ਫੇਰੂ ਜੀ ਗੁਰੂ ਅੰਗਦ ਦੇਵ ਜੀ ਦੇ ਪਿਤਾ ਦਾ ਨਾਮ ਸੀ ਕਵੈਸਚਨ ਨੰਬਰ 20 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੀ ਪਤਨੀ ਦਾ ਨਾਮ ਬੀਬੀ ਖੀਵੀ ਸੀ ਕਵੈਸਚਨ ਨੰਬਰ 21 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਕਿਸ ਸਰਦਿਸ ਦੀ ਸਥਾਪਨਾ ਕੀਤੀ ਸੀ ਤਾਂ ਖੰਡੂਰ ਸਾਹਿਬ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਕੁਐਸਚਨ ਨੰਬਰ 22 ਦੀ ਗੱਲ ਕਰੀ ਗੁਰਮੁਖੀ ਲਿਪੀ ਦੇ ਸੁਧਾਰਕ ਕੌਣ ਨੇ ਤਾਂ ਗੁਰੂ ਅੰਗਦ ਦੇਵ ਜੀ ਹੀ ਗੁਰਮੁਖੀ ਲਿਪੀ ਦੇ ਸੁਧਾਰਕ ਨੇ ਤੇ ਕੁਐਸਚਨ ਨੰਬਰ 23 ਦੀ ਗੱਲ ਕਰੀ ਮਲ ਅਖਾੜਾ ਦੀ ਸ਼ੁਰੂਆਤ ਕਿਸ ਨੇ ਕੀਤੀ ਸੀ ਤਾਂ ਗੁਰੂ ਅੰਗਦ ਦੇਵ ਜੀ ਨੇ ਹੀ ਮਲ ਅਖਾੜਾ ਦੀ ਵੀ ਸਥਾਪਨਾ ਕਰਵਾਈ ਸੀ ਕੁਐਸਚਨ ਨੰਬਰ 24 ਦੀ ਗੱਲ ਕਰੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਯਾਨੀ ਜਨਮ ਸਾਖੀ ਕਿਸ ਦੁਆਰਾ ਲਿਖੀ ਗਈ ਸੀ ਤਾਂ ਗੁਰੂ ਅੰਗਦ ਦੇਵ ਜੀ ਦੁਆਰਾ ਹੀ ਗੁਰੂ ਨਾਨਕ ਦੇਵ ਜੀ ਦੀ ਜਨਮ ਸਾਕੀ ਲਿਖੀ ਗਈ ਸੀ ਕੁਐਸਚਨ ਨੰਬਰ 25 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਨੇ ਕਿਸ ਦੀ ਮਦਦ ਨਾਲ ਜਨਮ ਸਾਕੀ ਦੀ ਰਚਨਾ ਕੀਤੀ ਤਾਂ ਭਾਈ ਬਾਲਾ ਜੀ ਦੀ ਮਦਦ ਨਾਲ ਜਿਹੜੀ ਇਹ ਜਨਮ ਸਾਕੀ ਲਿਖੀ ਸੀ ਕੁਐਸਚਨ ਨੰਬਰ 26 ਦੀ ਗੱਲ ਕਰੀਏ ਕਿਸ ਨੇ ਗੁਰੂ ਕਾ ਲੰਗਰ ਪ੍ਰਣਾਲੀ ਦੀ ਸੰਸਥਾ ਨੂੰ ਅੱਗੇ ਵਧਾਉਣ ਲਈ ਕਦਮ ਚੁੱਕੇ ਤਾਂ ਆਬਿਅਸ ਗੁਰੂ ਅੰਗਦ ਦੇਵ ਜੀ ਨੇ ਹੀ ਅੱਗੇ ਕਦਮ ਚੁੱਕੇ ਸਨ ਕੁਐਸਚਨ ਨੰਬਰ 27 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਦਾ ਨਾਮ ਕੀ ਸੀ ਪੁੱਤਰ ਸੀ ਜਿਹੜਾ ਸੋਰੀ ਬੱਚਿਆਂ ਦਾ ਨਾਮ ਕੀ ਸੀ ਇੱਥੇ ਆਪਾਂ ਇਸ ਤਰ੍ਹਾਂ ਲਿਖ ਲਾਂਗੇ ਤਾਂ ਜਿਹੜੇ ਪੁੱਤਰ ਸੀ ਉਹਨਾਂ ਦਾ ਨਾਮ ਦਾ ਦਸੂ ਅਤੇ ਦਾਤੂ ਦੋ ਪੁੱਤਰ ਸਨ ਤੇ 33 ਸੀ ਜਿਹੜੀ ਪੇਟੀਆਂ ਸੀ ਉਹ ਅਮਰੋਦ ਦੇ ਅਨੋਖੀ ਇਹ ਦੋ ਪੁੱਤਰੀਆਂ ਸੀ ਕੁਐਸਚਨ ਨੰਬਰ 28 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਦੀ ਮਾਤਾ ਦਾ ਨਾਮ ਕੀ ਸੀ ਤਾਂ ਮਾਤਾ ਦਇਆ ਕੌਰ ਸੀ ਕੁਐਸਚਨ ਨੰਬਰ 28 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਨੇ ਕਦੋਂ ਤੋਂ ਕਦੋਂ ਤੱਕ ਗੁਰਗੱਦੀ ਸੰਭਾਲ ਕੇ ਰੱਖੀ ਤਾਂ 1539 ਤੋਂ ਲੈ ਕੇ 1552 ਈਸਵੀ ਤੱਕ ਗੁਰੂ ਅੰਗਦ ਦੇਵ ਜੀ ਗੁਰਗੱਦੀ ਉੱਤੇ ਬਿਰਾਜਮਾਨ ਰਹੇ ਕੁਐਸਚਨ ਨੰਬਰ 30 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਦੇ ਸਮੇਂ ਮੁਗਲ ਸਮਰਾਟ ਕੌਣ ਸੀ ਤਾਂ ਉਸ ਦੇ ਸਮਕਾਲੀਨ ਸਨ ਉਹਨਾਂ ਦੇ ਸਮਕਾਲੀਨ ਸਨ ਹਮਾਇਉ ਅਤੇ ਸ਼ੇਰ ਸੰਸੂਰੀ ਦੇ ਟਾਈਮ ਟਾਈਮ ਦੌਰਾਨ ਗੁਰੂ ਅੰਗਦ ਦੇਵ ਜੀ ਸਿੱਖ ਧਰਮ ਦੇ ਸੰਸਥਾਪਕ ਸਨ ਐਂਡ ਕੁਐਸਚਨ ਨੰਬਰ 31 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਦੇ ਜੋਤੀ ਜੋਤ ਸਮਾਉਣ ਦਾ ਸਮਾਂ ਕੀ ਸੀ ਤਾਂ ਮਾਰਚ ਵਿੱਚ 1552ਵੀਂ ਵਿੱਚ ਖੰਡੂਰ ਸਾਹਿਬ ਵਿੱਚ ਗੁਰੂ ਜੀ ਉੱਤਜੋਤ ਸਮਾ ਗਏ ਸੀ ਗੁਰੂ ਅੰਗਦ ਦੇਵ ਜੀ ਦੇ ਜਨਮ ਕਿੱਥੇ ਹੋਇਆ ਸੀ ਮੱਤੇ ਕੀ ਸਰਾਈ ਮੁਕਤਸਰ ਵਿੱਚ ਹੋਇਆ ਸੀ ਕੁਐਸਚਨ ਨੰਬਰ 33 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਕਿਸ ਜਾਤ ਨਾਲ ਸੰਬੰਧਿਤ ਸੀ ਤਾਂ ਖੱਤਰੀ ਕਾਸਤ ਨਾਲ ਸੰਬੰਧਿਤ ਸੀ ਕੁਐਸਚਨ ਨੰਬਰ 34 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਨੂੰ ਮਿਲਣ ਤੋਂ ਪਹਿਲਾਂ ਕਿਸ ਦੇ ਭਗਤ ਸੰਤਾਂ ਦੇ ਵੀ ਦੁਰਗਾ ਦੇ ਭਗਤ ਸਨ ਕੁਐਸਚਨ ਨੰਬਰ 35 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਮੁਲਾਕਾਤ ਕਿੱਥੇ ਹੋਈ ਸੀ ਤਾਂ ਕਰਤਾਰਪੁਰ ਸਾਹਿਬ ਵਿੱਚ ਹੀ ਮੁਲਾਕਾਤ ਹੋਈ ਸੀ ਕੁਐਸਚਨ ਨੰਬਰ 36 ਦੀ ਗੱਲ ਕਰੀ ਗੁਰੂ ਅੰਗਦ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਕਿਹੜੀ ਭਜਨ ਸੁਣ ਕੇ ਪ੍ਰਭਾਵਿਤ ਹੋਏ ਸੀ ਤਾਂ ਜਦੋਂ ਆਸਾਂ ਦੀ ਬਾਹਰ ਗੁਰੂ ਅੰਗਦ ਦੇਵ ਜੀ ਨੇ ਸੁਣੀ ਸੀ ਦਾ ਉਹ ਕਾਫੀ ਪ੍ਰਭਾਵਿਤ ਹੋ ਗਏ ਗੁਰੂ ਨਾਨਕ ਦੇਵ ਜੀ ਦੇ ਅਤੇ ਆਪਣਾ ਉਹਨਾਂ ਨੂੰ ਗੁਰੂ ਮੰਨ ਲਿਆ ਕੁਐਸਚਨ ਨੰਬਰ 27 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਜੀ ਦੇ ਬਾਰਸ਼ਾ ਕਿੱਥੋਂ ਘੜ ਦਿੱਤਾ ਸੀ ਮਤਲਬ ਗੁਰੂ ਅੰਗਦ ਦੇਵ ਜੀ ਨੂੰ ਘੜ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਦੇ ਬਾਰਿਸਾਨੇ ਕਰਤਾਰਪੁਰ ਵਿੱਚ ਘੜ ਦਿੱਤੇ ਸੀ ਕੁਐਸਚਨ ਨੰਬਰ 38 ਦੀ ਗੱਲ ਕਰੀਏ ਉਦਾਸੀ ਮਤ ਕਿਸ ਨੇ ਸ਼ੁਰੂ ਕੀਤੀ ਸੀ ਤਾਂ ਸ੍ਰੀ ਚੰਦ ਨੇ ਕੀਤੀ ਸੀ ਗੁਰੂ ਨਾਨਕ ਦੇਵ ਜੀ ਦੇ ਪੁੱਤਰ ਸਨ ਹੈ ਕੁਐਸਚਨ ਨੰਬਰ 39 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਕਿਸ ਰਾਗੀ ਨੂੰ ਦਰਬਾਰ ਵਿੱਚੋਂ ਕੱਢ ਦਿੱਤਾ ਸੀ ਤਸੱਤਾ ਅਤੇ ਬਲਵੰਤ ਦੋ ਰਾਗੀ ਸੀ ਇਹਨਾਂ ਨੂੰ ਦਰਬਾਰ ਸਾਹਿਬ ਵਿੱਚੋਂ ਕੱਢ ਦਿੱਤਾ ਸੀ ਕੁਐਸਚਨ ਨੰਬਰ 40 ਦੀ ਗੱਲ ਕਰੀਏ ਗੁਰੂ ਅੰਗਦ ਦੇਵ ਜੀ ਨੇ ਖੰਡੂਰ ਸਾਹਿਬ ਦੇ ਨੇੜੇ ਕਿਹੜਾ ਨਗਰ ਸਥਾਪਿਤ ਕੀਤਾ ਤਾਂ ਗੋਇੰਦਵਾਲ ਨਾਮਕ ਸ਼ਹਿਰ ਦੀ ਸਥਾਪਨਾ ਗੁਰੂ ਅੰਗਦ ਦੇਵ ਜੀ ਨੇ ਕੀਤੀ ਸੀ ਕੁਐਸਚਨ ਨੰਬਰ 41 ਦੀ ਗੱਲ ਕਰੀਏ ਸਿੱਖ ਧਰਮ ਦਾ ਤੀਜਾ ਗੁਰੂ ਕੌਣ ਸੀ ਤਾਂ ਗੁਰੂ ਅਮਰਦਾਸ ਜੀ ਨੇ ਅਨੈਕਸਟ ਕੁਐਸਚਨ ਦੀ ਗੱਲ ਕਰੀ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ 5 ਮਈ 1479 ਈਸਵੀ ਵਿੱਚ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਤੇ ਕੁਐਸਚਨ ਨੰਬਰ 43 ਦੀ ਗੱਲ ਕਰੇ ਗੁਰੂ ਅਮਰਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਤਾਂ ਬਸਾਰਕੇ ਅੰਮ੍ਰਿਤਸਰ ਵਿੱਚ ਜਿਹੜਾ ਗੁਰੂ ਅਮਰਦਾਸ ਜੀ ਦਾ ਜਨਮ ਹੋਇਆ ਸੀ ਕੁਐਸਚਨ ਨੰਬਰ 44 ਦੀ ਗੱਲ ਕਰੇ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਕੀ ਨਾਮ ਸੀ ਤਾਂ ਤੇਜਪਾਲ ਗੁਰੂ ਅਮਰਦਾਸ ਜੀ ਦੇ ਪਿਤਾ ਦਾ ਨਾਮ ਸੀ ਕੁਐਸਚਨ ਨੰਬਰ 45 ਦੀ ਗੱਲ ਕਰੇ ਗੁਰੂ ਅਮਰਦਾਸ ਜੀ ਦੇ ਮਾਤਾ ਦਾ ਨਾਮ ਕੀ ਸੀ ਵਕਤਕੌਰ ਮਾਤਾ ਦਾ ਨਾਮ ਸੀ ਕੁਐਸਚਨ ਨੰਬਰ 46 ਦੀ ਗੱਲ ਕਰੀ ਗੁਰੂ ਅਮਰਦਾਸ ਜੀ ਦੇ ਪਤਨੀ ਦਾ ਨਾਮ ਕੀ ਸੀ ਤਾਂ ਮਨਸਾ ਦੇਵੀ ਸੀ ਐਂਡ ਗੁਰੂ ਅਮਰਦਾਸ ਜੀ ਦੇ ਬੱਚਿਆਂ ਦਾ ਨਾਮ ਕੀ ਸੀ ਪੁੱਤਰ ਦਾ ਨਾਮ ਮੋਹਰੀ ਐਂਡ ਮੋਹਨ ਸਿੰਘ ਤੇ ਧੀਆਂ ਦਾ ਨਾਮ ਦਾਨੀਅ ਤੇ ਭਾਨੀ ਸੀ ਨੈਕਸਟ ਕੁਐਸਚਨ ਦੀ ਗੱਲ ਕਰੀ ਗੁਰੂ ਅਮਰਦਾਸ ਜੀ ਨੇ ਕਦੋਂ ਤੋਂ ਕਦੋਂ ਤੱਕ ਗੁਰਗੱਦੀ ਸੰਭਾਲੀ ਤਾਂ 1552 ਤੋਂ ਲੈ ਕੇ 1574 ਈਸਵੀ ਤੱਕ ਸਿੱਖ ਧਰਮ ਦੇ ਸੰਸਥਾਪਕ ਦੇ ਤੌਰ ਤੇ ਗੁਰੂ ਅਮਰਦਾਸ ਜੀ ਬਿਰਾਜਮਾਨ ਰਹੇ ਕਵੈਸਚਨ ਨੰਬਰ 49 ਦੀ ਗੱਲ ਕਰੇ ਗੋਇੰਦਵਾਲ ਵਿਖੇ ਖੂਹ ਜਾਂ ਬੌਲੀ ਦਾ ਨਿਰਮਾਣ ਕਿਸ ਨੇ ਕਰਵਾਇਆ ਸੀ ਤਾਂ ਗੁਰੂ ਅਮਰਦਾਸ ਜੀ ਨੇ ਹੀ ਬੌਲੀ ਦਾ ਨਿਰਮਾਣ ਕਰਵਾਇਆ ਸੀ ਬੌਲੀ ਵਿੱਚ ਗੁਰੂ ਅਮਰਦਾਸ ਜੀ ਦੁਆਰਾ ਕਿੰਨੀਆਂ ਪੌੜੀਆਂ ਦੀ ਉਸਾਰੀ ਕਰਵਾਏ ਗਈ ਸੀ ਤਾਂ 84 ਯਾਨੀ 84 ਪੌੜੀਆਂ ਦਾ ਉਸਾਰੀ ਕਰਵਾਈ ਗਈ ਸੀ ਕਵੈਸਚਨ ਨੰਬਰ 51 ਦੀ ਗੱਲ ਕਰੇ ਸੰਗਤ ਅਤੇ ਪੰਗਤ ਦੀ ਸ਼ੁਰੂਆਤ ਕਿਸ ਦੁਆਰਾ ਹੋਈ ਸੀ ਤਾਂ ਇਹ ਵੀ ਗੁਰੂ ਅਮਰਦਾਸ ਜੀ ਦੁਆਰਾ ਹੀ ਸੰਗਤ ਅਤੇ ਪੰਗਤ ਦੀ ਸ਼ੁਰੂਆਤ ਕੀਤੀ ਗਈ ਸੀ ਕਵੈਸਚਨ ਨੰਬਰ 52 ਦੀ ਗੱਲ ਕਰੀਏ ਪੰਗਤ ਸ਼ਬਦ ਦਾ ਅਰਥ ਕੀ ਹੈ ਤਾਂ ਜਾਤ ਅਤੇ ਦਰਜੇ ਦੇ ਅੰਤਰ ਨੂੰ ਕੱਟ ਕਰੋ ਪੰਗਤ ਸ਼ਬਦ ਦਾ ਇਹ ਅਰਥ ਸੀ ਕਵੈਸਚਨ ਨੰਬਰ 53 ਦੀ ਗੱਲ ਕਰੀਏ ਜਦੋਂ ਗੁਰੂ ਅਮਰਦਾਸ ਜੀ ਗੋਇੰਦਵਾਲ ਵਿੱਚ ਇੱਕ ਮੁਗਲ ਸਮਰਾਟ ਨੂੰ ਮਿਲਣ ਆਇਆ ਸੀ ਤਾਂ ਉਸ ਦਾ ਨਾਮ ਕੀ ਸੀ ਮਤਲਬ ਗੁਰੂ ਅਮਰਦਾਸ ਜੀ ਨੂੰ ਮਿਲਣ ਆਇਆ ਸੀ ਗੋਇੰਦਵਾਲ ਸ਼ਹਿਰ ਵਿੱਚ ਕੋਈ ਮੁਗਲ ਸਮਰਾਟ ਸੀ ਉਸ ਦਾ ਨਾਮ ਅਕਬਰ ਸੀ ਕਵੈਸਚਨ ਨੰਬਰ 53 ਦੀ ਗੱਲ ਕਰੀਏ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕਿਸ ਦੁਆਰਾ ਕੀਤੀ ਗਈ ਸੀ ਦਾ ਇਹ ਗੁਰੂ ਅਮਰਦਾਸ ਜੀ ਦੁਆਰਾ ਹੀ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕਿਉਂ ਕੀਤੀ ਗਈ ਸੀ ਗੁਰੂ ਨਾਨਕ ਦੇਵ ਜੀ ਦੇ ਸੰਦੇਸ਼ ਨੂੰ ਫੈਲਾਉਣ ਲਈ ਮੰਜੀ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਗਈ ਸੀ ਕਵੈਸਚਨ ਨੰਬਰ 26 ਦੀ 56 ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਦੁਆਰਾ ਕਿੰਨੀਆਂ ਮੰਜੀਆਂ ਸਥਾਪਿਤ ਕੀਤੀ ਗਈ ਸੀ ਦਾ ਟੋਟਲ 22 ਮੰਜੀਆਂ ਸਥਾਪਿਤ ਕੀਤੀਆਂ ਹੋਈਆਂ ਸੀ ਕਵੈਸਚਨ ਨੰਬਰ 57 ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਨੇ ਕਿਹ ਸ਼ੈਰ ਨੂੰ ਵਿਸਤਾਰ ਰੂਪ ਦਿੱਤਾ ਤਾਂ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਦਾ ਹੋਰ ਨਿਰਮਾਣ ਕਰਾਇਆ ਸੀ ਕਵੈਸਚਨ ਨੰਬਰ 52 ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਨੇ ਕਿਹੜੀ ਬਾਣੀ ਰਚੀ ਸੀ ਤਾਂ ਅਨੰਦ ਸਾਹਿਬ ਗੁਰੂ ਅਮਰਦਾਸ ਦੀ ਰਚਨਾ ਹੈ ਕਵੈਸਚਨ ਨੰਬਰ 59 ਦੀ ਗੱਲ ਕਰੀਏ ਗੁਰੂ ਅਮਰਦਾਸ ਜੀ ਜੋਤੀ ਜੋਤ ਸਮਾਉਣ ਦਾ ਸਮਾਗਮ ਕੀ ਸੀ ਤਾਂ 1573 ਈਸਵੀ ਵਿੱਚ ਗੋਇੰਦਵਾਲ ਸ਼ਹਿਰ ਵਿੱਚ ਗੁਰੂ ਜੀ ਜੋਤੀ ਜੋਤ ਸਮਾ ਗਏ ਸੀ ਗੁਰੂ ਅਮਰਦਾਸ ਜੀ ਦਾ ਵਿਆਹ ਕਿੰਨੀ ਸਾਲ ਦੀ ਉਮਰ ਵਿੱਚ ਹੋਇਆ ਸੀ ਤਾਂ 23 ਸਾਲ ਦੀ ਉਮਰ ਵਿੱਚ ਗੁਰੂ ਅਮਰਦਾਸ ਜੀ ਦਾ ਵਿਆਹ ਹੋ ਚੁੱਕਿਆ ਸੀ ਕੁਐਸਚਨ ਨੰਬਰ 6 ਚ ਬੰਨੇ ਗੱਲ ਕਰੇ ਗੁਰੂ ਅਮਰਦਾਸ ਜੀ ਪਹਿਲਾ ਕਿਸ ਦੇ ਭਗਤ ਸੀ ਤਾਂ ਵਿਸ਼ਨੂੰ ਭਗਵਾਨ ਦੇ ਭਗਤ ਸਨ ਕੁਐਸਚਨ ਨੰਬਰ 12 ਦੀ ਗੱਲ ਕਰੇ ਗੁਰੂ ਅਮਰਦਾਸ ਜੀ ਕਿਹੜੀ ਨਦੀ ਤੇ ਇਸ਼ਨਾਨ ਕੀਆ ਕਰਦੇ ਸੀ ਤਾਂ ਗੰਗਾ ਨਦੀ ਤੇ ਹੀ ਇਸ਼ਨਾਨ ਕਰਦੇ ਸਨ ਕੁਐਸਚਨ ਨੰਬਰ 63 ਦੀ ਗੱਲ ਕਰੇ ਗੁਰੂ ਅਮਰਦਾਸ ਜੀ ਕਿਸ ਤੋਂ ਪ੍ਰਭਾਵਿਤ ਹੋ ਕੇ ਗੁਰੂ ਧਾਰਨ ਲਈ ਪ੍ਰੇਰਿਤ ਹੋਏ ਦੁਰਗਾ ਦਾਸ ਸੰਤ ਇੱਕ ਸੰਤ ਸੀ ਤੇ ਬੀਬੀ ਅੰਮ੍ਰੋ ਦੇ ਕਹਿਣ ਦੇ ਗੁਰੂ ਅਮਰਦਾਸ ਜੀ ਗੁਰਗੱਦੀ ਸੰਭਾਲੀ ਉਹਨਾਂ ਨੇ ਕੁਐਸਚਨ ਨੰਬਰ 64 ਦੀ ਗੱਲ ਕਰੀ ਹੈ ਗੁਰੂ ਅਮਰਦਾਸ ਜੀ ਗੁਰੂ ਅੰਗਦ ਦੇਵ ਜੀ ਨੂੰ ਕਿੱਥੇ ਮਿਲੇ ਸੀ ਤਾਂ ਖੰਡੂਰ ਸਾਈ ਵਿੱਚ ਗੁਰੂ ਅਮਰਦਾਸ ਦੀ ਮੁਲਾਕਾਤ ਗੁਰੂ ਅੰਗਦ ਦੇਵ ਜੀ ਨਾਲ ਹੋਈ ਸੀ